अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। अकाल आप देख रहे हो अकाल चैनल, अकाल चैनल पर हफ्तावारी प्रोग्राम खबर ते नजर लेके आप जी दी सेवा विच हाजिर हां अते आप जी दा करदा हां स्वागत। मैं हां एडवोकेट इंद्रजीत सिंह ते निगाह मारांगे इस हफ्ते दीआं खबरां दे उपर। ਇਹ ਹਫ਼ਤਾ ਸਿੱਖਾਂ ਲਈ ਵੀ ਬੜਾ ਮਹੱਤਵਪੂਰਨ ਹੈ, ਇਸ ਦੇ ਉੱਪਰ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਸ਼ੁਰੂ ਕਰਾਂਗੇ ਆਪਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀ 3 ਦਿਨਾਂ ਬ੍ਰਿਟਨ ਦੀ ਫੇਰੀ ਹੈ। ਡੋਨਲਡ ਟਰੰਪ ਨੇ ਆਪਣੀ 3 ਦਿਨਾਂ ਦੀ ਜਿਹੜੀ ਆ ਫੇਰੀ ਬ੍ਰਿਟਨ ਦੇ ਵਿੱਚ ਖਤਮ ਕਰਕੇ ਵਾਪਸ ਚਲ ਗਿਆ ਹੈ ਔਰ ਉਸ ਦੇ ਜਹਾਜ਼ ਉਤਰਦਿਆਂ ਹੀ ਔਰ ਚੜ੍ਹਨ ਤੱਕ ਜਿਹੜੇ ਆ ਇੱਥੇ ਜਿਹੜੇ ਸਿਆਸੀ ਲੀਡਰ ਆ ਉਹ ਵਿਵਾਦਾਂ ਦੇ ਵਿੱਚ ਜਿਹੜੇ ਘਿਰੇ ਰਹੇ ਨੇ। ਡੋਨਲਡ ਟਰੰਪ ਅਤੇ ਲੰਡਨ ਦੇ ਮੇਅਰ ਸਦੀਕ ਖਾਨ, ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਨ, ਇਹਨਾਂ ਦੀਆਂ ਵੀ ਆਪਸ ਵਿੱਚ ਜਿਹੜੀਆਂ ਝੜਪਾਂ ਹੁੰਦੀਆਂ ਰਹੀਆਂ। ਡੋਨਲਡ ਟਰੰਪ ਨੂੰ ਸਵਾਗਤ ਕਰਨ ਵਾਸਤੇ ਜਾਂ ਉਸ ਨੂੰ ਮਿਲਣ ਵਾਸਤੇ ਸਦੀਕ ਖਾਨ ਅਤੇ ਲੇਬਰ ਪਾਰਟੀ ਦੇ ਜੋ ਲੀਡਰ ਹੈ ਡੋਨਲਡ ਆਪਣੇ ਲੇਬਰ ਪਾਰਟੀ ਦੇ ਲੀਡਰ ਜੈਰਮੀ ਕੌਰਮਨ ਉਹ ਨਹੀਂ ਮਿਲੇ ਤਾਂ ਨਾ ਆਏ ਤਾਂ ਇਸ ਦੇ ਉੱਪਰ ਡੋਨਲਡ ਟਰੰਪ ਨੇ ਜਹਾਜ਼ੋਂ ਉਤਰਦਿਆਂ ਹੀ ਉਸ ਨੂੰ ਇਹ ਕਹਿ ਦਿੱਤਾ ਕਿ ਜਿਹੜਾ ਮੇਅਰ ਆਪਣਾ ਇਲਾਕਾ ਲੰਡਨ ਨਹੀਂ ਸੰਭਾਲ ਸਕਦਾ, ਜਿੱਥੇ ਹਰ ਰੋਜ਼ ਜਿਹੜਾ ਨਸ਼ਾ ਵਿਕਦਾ ਹੈ, ਗੋਲੀਆਂ ਚੱਲਦੀਆਂ ਨੇ, ਮਰਡਰ ਹੁੰਦੇ ਨੇ, ਅਤੇ ਉਹ ਮੇਰੇ ਨਾਲ ਕੀ ਗੱਲਬਾਤ ਕਰੇਗਾ। ਅਤੇ ਇਸੇ ਤਰ੍ਹਾਂ ਲੇਬਰ ਪਾਰਟੀ ਦੇ ਲੀਡਰ ਨੇ ਵੀ ਨਾ ਕੀਤੀ ਸੀ। ਇਸ ਦੇ ਉੱਪਰ ਇਹਨਾਂ ਦੀ ਆਪਸ ਵਿੱਚ ਜਿਹੜੀ ਕਾਫੀ ਸਿਆਸਤ ਵੀ ਚੱਲੀ ਹੈ, ਪਰ ਦੂਜੇ ਪਾਸੇ ਸਰਕਾਰ ਤਰਫੋਂ ਅਤੇ ਰਾਣੀ ਤਰਫੋਂ ਡੋਨਲਡ ਟਰੰਪ ਦਾ ਜਿਹੜਾ ਉਸਦੇ ਘਰਵਾਲੀ ਦਾ ਬੜਾ ਨਿੱਘਾ ਸਵਾਗਤ ਹੋਇਆ ਹੈ। ਰਾਣੀ ਨੇ ਉਸਨੂੰ ਭੋਜਨ ਵੀ ਛਕਾਇਆ ਹੈ, ਇਸੇ ਤਰ੍ਹਾਂ ਥਰੀਸਾ ਮੇ ਨੇ ਵੀ ਉਸਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ। ਡੋਨਲਡ ਟਰੰਪ ਨੇ ਲੇਬਰ ਦੇ ਲੀਡਰਾਂ ਨੂੰ ਟਿੱਚ ਸਮਝਦਿਆਂ ਹੋਇਆ ਆਪਣਾ ਕੰਮ ਅੱਗੇ ਵਧਾਇਆ ਅਤੇ ਇੱਥੇ ਦੇ ਬਿਜ਼ਨਸਮੈਨਾਂ ਨਾਲ ਅਤੇ ਜਿਹੜੇ ਅਮਰੀਕਾ ਤੋਂ ਬਿਜ਼ਨਸਮੈਨ ਆਏ ਸਨ ਉਹਨਾਂ ਦੇ ਨਾਲ ਸਾਂਝੀਆਂ ਮੀਟਿੰਗਾਂ ਵੀ ਕਰਾਈਆਂ। ਡੋਨਲਡ ਟਰੰਪ ਨੇ ਆਖਿਆ ਕਿ ਅਗਰ ਬ੍ਰਿਟਨ ਜਿਹੜਾ ਆ ਬ੍ਰੈਕਸਿਟ ਵਿੱਚੋਂ ਬਾਹਰ ਆ ਜਾਂਦਾ ਅਤੇ ਅਮਰੀਕਾ ਉਸਦੇ ਨਾਲ ਬੜੇ ਖੁੱਲ੍ਹੇ ਤੌਰ 'ਤੇ ਜਿਹੜਾ ਵਪਾਰ ਕਰੇਗਾ ਤਾਂ ਕਿ ਦੋਹਾਂ ਦੇਸ਼ਾਂ ਨੂੰ ਜਿਹੜਾ ਆਰਥਿਕ ਫਾਇਦਾ ਹੋਵੇ। ਰਾਣੀ ਐਲਿਜ਼ਾਬੈਥ ਨੇ ਆਖਿਆ ਕਿ ਅਮਰੀਕਾ ਅਤੇ ਬ੍ਰਿਟਨ ਦਾ ਜਿਹੜਾ ਸਦੀਆਂ ਪੁਰਾਣਾ ਸੰਬੰਧ ਹੈ, ਦਹਾਕਿਆਂ ਤੋਂ ਚੱਲ ਰਿਹਾ, ਅਸੀਂ ਇਸ ਨੂੰ ਹੀ ਬਰਕਰਾਰ ਇਸ ਤਰ੍ਹਾਂ ਰੱਖਣਾ ਚਾਹੁੰਦੇ ਹਾਂ ਕਿਉਂਕਿ ਦੋਵੇਂ ਦੇਸ਼ ਜਿਹੜੇ ਆ ਆਰਥਿਕ ਪੱਖੋਂ ਬੜੇ ਮਜ਼ਬੂਤ ਨੇ। ਟਰੰਪ ਨੇ ਕਿਹਾ ਕਿ ਸਾਨੂੰ ਅਮਰੀਕਾ ਵਾਲਿਆਂ ਨੂੰ ਰਾਣੀ ਦਾ ਅਮਰੀਕਾ ਨਾਲ ਪਿਆਰ ਹੈ ਔਰ ਅਮਰੀਕਾ ਦੇ ਲੋਕਾਂ ਨੇ ਰਾਣੀ ਨੂੰ ਆਪਣਾ ਪਿਆਰ ਵੀ ਜਿਤਾਇਆ ਹੈ। ਸੋ ਸਰਕਾਰ ਵੱਲੋਂ ਅਤੇ ਰਾਣੀ ਵੱਲੋਂ ਬੜਾ ਨਿੱਘਾ ਰੈੱਡ ਕਾਰਪਟ ਇਸਦਾ ਸਵਾਗਤ ਹੋਇਆ, ਪਰ ਬਾਹਰ ਜਿੱਥੇ ਵੀ ਗਿਆ ਇਸਦੇ ਖਿਲਾਫ ਜਿਹੜੇ ਆ ਵਿਖਾਵੇ ਵੀ ਕੀਤੇ ਗਏ ਨੇ। ਅਤੇ ਡੋਨਲਡ ਟਰੰਪ ਨੇ ਇੱਥੇ ਜਿਹੜੇ ਇਨਵਾਇਰਮੈਂਟ ਆ ਵਾਤਾਵਰਨ ਆ ਸਾਰੀ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਕਿ ਗੰਦਲਾ ਹੋ ਰਿਹਾ, ਉਸ ਦੇ ਉੱਪਰ ਵੀ ਚਿੰਤਾ ਜਿਹੜੀ ਪ੍ਰਗਟਾਈ ਹੈਗੀ ਆ ਅਤੇ ਵਾਤਾਵਰਨ ਦੇ ਇਸ ਦੇ ਉੱਪਰ ਚਾਈਨਾ ਦੇ ਨਾਲ ਕੀ ਸੰਬੰਧ ਹੋਣੇ ਚਾਹੀਦੇ ਆ, ਇਰਾਨ ਦੇ ਨਾਲ ਕੀ ਸੰਬੰਧ ਹੋਣੇ ਚਾਹੀਦੇ ਆ, ਇਸ ਦੇ ਉੱਪਰ ਵੀ ਉਸਨੇ ਗੱਲ ਕੀਤੀ ਹੈ। ਇਸ ਤੋਂ ਬਾਅਦ ਡੋਨਲਡ ਟਰੰਪ ਆਪਣੇ ਜੋ D75 75 ਵਰੇ ਹੋ ਗਏ ਨੇ, ਆਪਾਂ ਨੂੰ ਪਤਾ ਕਿ ਜਦੋਂ ਬ੍ਰਿਟਨ ਤੋਂ ਜਿਹੜੇ ਸਮੁੰਦਰੀ ਬੇੜੇ ਚੱਲੇ ਸੀ ਪੋਰਟਸਮਾਊਥ ਤੋਂ ਫਰਾਂਸ ਵੱਲ ਨੂੰ, ਜੋ ਨਾਜ਼ੀਆਂ ਦਾ ਉੱਥੇ ਰਾਜ ਚੱਲ ਰਿਹਾ ਸੀਗਾ ਉਹਨਾਂ ਨੂੰ ਖਤਮ ਕਰਨ, ਕਿਉਂਕਿ ਫਰਾਂਸ ਦੇ ਬਹੁਤ ਸਾਰੇ ਜਿਹੜੇ ਲੋਕ ਉੱਥੇ ਮਾਰੇ ਜਾ ਰਹੇ ਸਨ, ਇੱਥੋਂ ਵਿਹੜੇ ਚੱਲੇ ਔਰ ਬਹੁਤ ਸਾਰੇ ਦੇਸ਼ਾਂ ਦਾ ਅਲਾਇੰਸ ਬਣਿਆ ਸੀ ਜਿਸ ਦੇ ਵਿੱਚ ਅਮਰੀਕਾ ਸੀ, ਬ੍ਰਿਟਨ ਸੀ, ਆਸਟ੍ਰੇਲੀਆ ਸੀ, ਨਿਊਜ਼ੀਲੈਂਡ ਸੀ ਔਰ ਫਰਾਂਸ ਸੀ। ਇਹਨਾਂ ਨੇ ਉਹਨਾਂ ਦੇ ਉੱਪਰ ਜਾ ਕੇ ਹਮਲਾ ਕੀਤਾ ਅਤੇ 22,000 ਤੋਂ ਉੱਪਰ ਲੋਕ ਜਿਹੜੇ ਆ ਇਸ ਕਾਰਵਾਈ ਦੇ ਵਿੱਚ ਇੱਥੋਂ ਸ਼ਾਮਿਲ ਹੋਏ ਸਨ ਅਤੇ ਬਹੁਤ ਸਾਰੇ ਜਿਹੜੇ ਗੋਰ ਫੌਜੀ ਆ ਉਹ ਮਾਰੇ ਵੀ ਗਏ ਸਨ। ਉਹਨਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਪੋਰਟਸਮਾਊਥ ਦੇ ਵਿੱਚ, ਬਹੁਤ ਵੱਡਾ। ਰਾਣੀ ਉਦੋਂ ਤਕਰੀਬਨ 13-14 ਸਾਲ ਦੀ ਸੀ, ਅੱਜ ਕੱਲ੍ਹ 93 ਸਾਲ ਦੀ ਰਾਣੀ ਹੈਗੀ ਆ ਅਤੇ 75 ਵਰੇ ਹੋਏ ਨੇ ਅਤੇ ਇਸ ਵੇਲੇ ਰਾਣੀ ਉਸ ਵੇਲੇ ਛੋਟੀ ਸੀ ਅਤੇ ਰਾਣੀ ਨੇ ਉਹ ਸਮਾਂ ਵੀ ਯਾਦ ਕੀਤਾ ਹੈ ਜੋ ਅੱਖੀਂ ਦੇਖਿਆ ਉੱਥੇ ਸਾਰਾ ਦੱਸਿਆ ਹੈਗਾ। ਅਤੇ ਇਸ ਦੇ ਉੱਪਰ ਬਜ਼ੁਰਗ ਫੌਜੀ ਜਿਹੜੇ ਆ ਇਸ ਵੇਲੇ 94-95 ਸਾਲ ਦੇ ਆ ਜਿਨ੍ਹਾਂ ਨੇ ਹਿੱਸਾ ਲਿਆ ਉਹਨਾਂ ਨੇ ਵੀ ਇਸ ਡੀ ਡੇ ਦੇ ਵਿੱਚ ਜਿਹੜਾ ਆਪਣੀ ਸ਼ਮੂਲੀਅਤ ਜਿਹੜੀ ਕੀਤੀ ਹੈਗੀ ਆ। ਅਤੇ ਇਹ ਸਾਰਾ ਕੁਝ ਜਿਹੜਾ ਆ ਅੱਜ ਬ੍ਰਿਟਨ ਦੇ ਲੋਕਾਂ ਨੂੰ ਇਹ ਦਰਸਾ ਰਿਹਾ ਕਿ ਬ੍ਰਿਟਨ ਦੇ ਲੋਕਾਂ ਨੇ ਫੌਜੀਆਂ ਨੇ ਕਿੰਨੀਆਂ ਸ਼ਹਾਦਤਾਂ ਬ੍ਰਿਟਨ ਨੂੰ ਖੜ੍ਹਾ ਕਰਨ ਵਾਸਤੇ ਕੀਤੀਆਂ ਨੇ। ਅਤੇ ਰਾਣੀ ਜਿੱਥੇ ਇੱਕ ਪਾਸੇ ਆਪਣਾ ਇਹ ਡੀ ਡੇ ਮਨਾ ਰਹੀ ਹੈ, ਦੂਜੇ ਪਾਸੇ ਜਿਹੜੇ ਕੁਛ ਫੌਜੀ ਲੋਕ ਨੇ ਜਿਹੜੇ ਅੱਜ 94-95 ਸਾਲ ਦੀ ਉਮਰ 'ਚ ਨੇ ਉਹਨਾਂ ਨੂੰ ਆਪਣੇ ਆਪ ਨੂੰ
ਆਪਣੀ ਜੀਵਨ ਜੋ ਉਸਦਾ ਉਹਨਾਂ ਦਾ ਬੱਚਾ ਹੈ ਉਹਨਾਂ ਨੂੰ ਬਿਤਾਉਣ ਵਾਸਤੇ ਆਪਣੇ ਘਰ ਵੇਚਣੇ ਜਾ ਰਹੇ ਆ। ਸੋਸ਼ਲ ਕੇਅਰ ਹੋਮ ਜਿਹੜੇ ਹੈਗੇ ਆ ਉੱਥੇ ਰਹਿਣ ਵਾਸਤੇ ਖਰਚਾ ਨਹੀਂ ਉਹਨਾਂ ਕੋਲ, ਪੈਨਸ਼ਨ ਥੋੜ੍ਹੀ ਹੈ, ਖਰਚਾ ਜ਼ਿਆਦਾ ਹੈ, ਅਤੇ ਉੱਥੇ ਉਹਨਾਂ ਨੂੰ ਆਪਣੇ ਘਰ ਵੇਚਣੇ ਪੈ ਰਹੇ ਨੇ। ਇਹਨਾਂ 'ਚ 94 ਸਾਲਾ ਰੇ ਮੋਰਿਸ ਹੈ ਜਿਸ ਕੋਲ 1955 ਦਾ ਆਪਣਾ ਘਰ ਹੈ, ਬੰਗਲੋ ਹੈ, ਜਿਸ ਦੇ ਵਿੱਚ ਉਹਨੇ ਆਪਣੇ ਬੱਚੇ ਵੀ ਪਾਲੇ ਨੇ, ਪਰ ਇਸ ਵੇਲੇ ਉਹ ਆਪਣੇ ਬਜ਼ੁਰਗਾਂ ਵਾਲੇ ਘਰ ਵਿੱਚ ਰਹਿ ਰਿਹਾ ਅਤੇ ਖਰਚਾ ਚਲਾਉਣ ਲਈ ਪੈਸੇ ਨਹੀਂ, ਅਤੇ ਹੋ ਸਕਦਾ ਕਿ ਉਸਨੂੰ ਆਪਣਾ ਜਿਹੜਾ ਬੰਗਲਾ ਵੀ ਵੇਚਣਾ ਪੈ ਜਾਵੇ। ਉਸਨੇ ਰਾਣੀ ਨੂੰ ਔਰ ਇੱਥੇ ਸਰਕਾਰ ਨੂੰ ਕਿਹਾ ਕਿ ਸਾਡੇ ਵੱਲ ਵੀ ਥੋੜ੍ਹਾ ਖਿਆਲ ਰੱਖੋ, ਡੀ ਡੇ ਵੀ ਮਨਾਓ, ਪਰ ਜਿਨ੍ਹਾਂ ਨੇ ਲੜਾਈ ਲੜੀ ਹੈ ਉਹਨਾਂ ਵੱਲ ਵੀ ਖਿਆਲ ਰੱਖੋ, ਕਿਉਂਕਿ ਫੌਜੀਆਂ ਦਾ ਹਾਲ ਵਿਚਾਰਨਾ ਬੇਸ਼ੱਕ ਇੰਡੀਆ ਹੋਵੇ ਜਾਂ ਇਹ ਹੋਵੇ, ਆਖਿਰ ਵਿੱਚ ਥੋੜ੍ਹਾ ਉਹਨਾਂ ਦਾ ਜਦੋਂ ਬੁਢਾਪਾ ਆਉਂਦਾ ਹੈ ਪੈਨਸ਼ਨ ਦੇ ਨਾਲ ਨਹੀਂ ਸਰਦਾ ਅਤੇ ਸਰਕਾਰਾਂ ਪੂਰਾ ਧਿਆਨ ਨਹੀਂ ਦਿੰਦੀਆਂ। ਬੋਰਿਸ ਜੌਨਸਨ ਜੋ ਆਪਣੇ ਆਪ ਨੂੰ ਅਗਲਾ ਪ੍ਰਧਾਨ ਮੰਤਰੀ ਬ੍ਰਿਟੇਨ ਦਾ ਸਮਝਾ ਥਰੀਸਾ ਮੇ ਤੋਂ ਬਾਅਦ, ਉਸਨੇ ਆਖਿਆ ਕਿ ਅਗਰ ਟੋਰੀ ਪਾਰਟੀ ਨੇ ਯੂਰਪੀਅਨ ਯੂਨੀਅਨ 'ਚੋਂ ਨਾ ਨਿਕਲੇ 31 ਅਕਤੂਬਰ ਤੱਕ ਤਾਂ ਜਿਹੜੇ ਲੋਕ ਆ ਟੋਰੀ ਪਾਰਟੀ ਨੂੰ ਬੜਾ ਨੁਕਸਾਨ ਪਹੁੰਚਾਉਣਗੇ ਔਰ ਟੋਰੀ ਪਾਰਟੀ ਜਿਹੜੀ ਆ ਆਪਣੇ ਅੰਤ ਵੱਲ ਜਿਹੜੀ ਆ ਜਾਵੇਗੀ। ਉਸਨੇ ਆਖਿਆ ਕਿ ਮੱਧਕਾਲੀ ਚੋਣਾਂ ਨਹੀਂ ਹੋਣਗੀਆਂ ਬ੍ਰਿਟੇਨ 'ਚ, ਕਿਉਂਕਿ ਇਸ ਦੇ ਨਾਲ ਜਿਹੜਾ ਆ ਪੈਸੇ ਦਾ ਵੀ ਨੁਕਸਾਨ ਹੁੰਦਾ, ਲੋਕਾਂ ਦਾ ਟਾਈਮ ਵੀ ਖਰਾਬ ਹੁੰਦਾ, ਕਿਉਂਕਿ ਅਗਰ ਮੱਧਕਾਲੀ ਚੋਣਾਂ ਹੋ ਜਾਂਦੀਆਂ ਤਾਂ ਟੋਰੀ ਪਾਰਟੀ ਨੂੰ ਵੋਟਾਂ ਪੈਣ ਦੀ ਸੰਭਾਵਨਾ ਨਹੀਂ, ਪਰ ਬੋਰਿਸ ਜੌਨਸਨ ਜਿਹੜਾ ਆ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਆ ਜਦੋਂ ਥਰੀਸਾ ਮੇ ਨੇ ਜਿਹੜਾ ਰਿਜ਼ਾਈਨ ਦੇ ਦਿੱਤਾ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਪਾਕਿਸਤਾਨ। ਪਾਕਿਸਤਾਨ ਗੁਆਂਢੀ ਦੇਸ਼ ਹੈ ਇੰਡੀਆ ਦਾ, ਸੰਬੰਧ ਵਾਲੇ ਵਧੀਆ ਨਹੀਂ, ਪਰ ਪਾਕਿਸਤਾਨ ਦਾ ਜਿਹੜਾ ਆਰਥਿਕ ਢਾਂਚਾ ਥੋੜ੍ਹਾ ਹਿੱਲਿਆ ਹੋਇਆ, ਪੈਸੇ ਧੇਲੇ ਦੀ ਘਾਟ ਹੈ, ਬੇਸ਼ੱਕ ਬਾਕੀ ਦੇਸ਼ਾਂ ਤੋਂ ਥੋੜ੍ਹਾ ਉਹ ਲੈ ਰਿਹਾ, ਮੰਗ ਰਿਹਾ ਜਿਸ ਤਰ੍ਹਾਂ ਅਰਬ ਦੇਸ਼ ਨੇ, ਪਰ ਉਸਨੇ ਵਧੀਆ ਇਹ ਫੈਸਲਾ ਕੀਤਾ ਕਿ ਉਸਨੇ ਆਪਣੀਆਂ ਫੌਜਾਂ ਦੀ ਜੋ ਖਰਚੇ ਆ ਉਹਨਾਂ ਨੂੰ ਘੱਟ ਕਰਨ ਦੀ ਗੱਲ ਕੀਤੀ ਆ। ਪਾਕਿਸਤਾਨ ਦੀਆਂ ਤਿੰਨੇ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਵਿੱਚ ਕਟੌਤੀ ਕੀਤੀ ਹੈਗੀ ਆ ਤਾਂ ਕਿ ਸਰਕਾਰ 'ਤੇ ਬੋਝ ਜਿਹੜਾ ਘੱਟ ਜਾਵੇ, ਅਤੇ ਨਾਲ ਹੀ ਜਦੋਂ ਤੋਂ ਇੰਡੀਆ ਨਾਲ ਸੰਬੰਧ ਵਿਗੜੇ ਨੇ ਔਰ ਬਾਹਰਲੇ ਦੇਸ਼ਾਂ ਦੀ ਪਾਕਿਸਤਾਨ ਦੇ ਉੱਪਰ ਕਾਫੀ ਜਿਹੜਾ ਪ੍ਰੈਸ਼ਰ ਵੀ ਹੈ ਕਿ ਅੱਤਵਾਦ ਨੂੰ ਘਟਾਇਆ ਜਾਵੇ, ਤਾਂ ਇਸ ਤਰ੍ਹਾਂ ਈਦ ਦੇ ਮੌਕੇ 'ਤੇ ਜੋ ਉੱਥੇ ਹਾਫਿਜ਼ ਸਾਈਦ ਹੈ ਜਿਸਨੇ ਮੁੰਬਈ ਹਮਲੇ ਦੇ ਵਿੱਚ ਜਿਸਦੀ ਸਾਜ਼ਿਸ਼ ਦੱਸੀ ਜਾਂਦੀ ਆ, ਇਸ ਵਾਰ ਉਸਨੂੰ ਉੱਥੇ ਈਦ ਦੇ ਮੌਕੇ ਅਗਵਾਈ ਕਰਨ ਦਾ ਚਾਂਸ ਮੌਕਾ ਸਰਕਾਰ ਨੇ ਨਹੀਂ ਦਿੱਤਾ ਹੈਗਾ, ਅਤੇ ਇਸ ਦੇ ਉੱਪਰ ਗਦਾਫੀ ਸਟੇਡੀਅਮ ਨੇ ਤਾਂ ਇਹੀ ਉੱਥੇ ਜਿਹੜਾ ਈਦ ਦੇ ਮੌਕੇ ਆਪਣੇ ਆਪ ਨੂੰ ਲੀਡਰ ਸਮਝ ਕੇ ਜਿਹੜਾ ਅਗਵਾਈ ਕਰਦਾ ਸੀ, ਕਿਉਂਕਿ ਬਾਹਰਲੇ ਦੇਸ਼ਾਂ ਦੀ ਘੁੜਕੀ ਹੈ ਪਾਕਿਸਤਾਨ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਅੱਤਵਾਦ ਖਤਮ ਕੀਤਾ ਜਾਵੇ, ਪਰ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਈਦ ਦੇ ਮੌਕੇ ਦੋ ਗਰੁੱਪਾਂ ਵਿੱਚ ਵੱਡੀ ਲੜਾਈ ਵੀ ਹੋਈ ਹੈ ਜਿਸ ਦੇ ਵਿੱਚ 14 ਤੋਂ ਵੱਧ ਜਿਹੜੇ ਲੋਕ ਦੱਸੇ ਜਾ ਰਹੇ ਮਾਰੇ ਵੀ ਗਏ ਹਨ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਆਪਣੀ, ਕਿਉਂਕਿ 1984 ਜੂਨ ਦਾ ਮਹੀਨਾ ਪਹਿਲਾ ਹਫ਼ਤਾ, ਅੱਜ ਵੀ 6 ਜੂਨ ਹੈ, ਉਸ ਵੇਲੇ ਕੀ ਹੋਇਆ ਸਾਰੇ ਸਿੱਖ ਜਿਹੜੇ ਆ ਦੁਨੀਆ ਦੇ ਵਿੱਚ ਬੈਠੇ ਜਾਣਦੇ ਨੇ। ਭਾਰਤ ਦੀ ਕਾਂਗਰਸ ਇੰਦਰਾ ਸਰਕਾਰ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਦੇ ਉੱਪਰ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ। ਸਾਨੂੰ ਪਤਾ ਗਿਆ ਸੀ ਵੀ ਉਦੋਂ ਉੱਥੇ ਸੀ ਤਾਂ ਕਰਫਿਊ ਲੱਗ ਗਿਆ ਸੀ, ਇੱਕਦਮ ਛਬੀਲਾਂ ਲੱਗੀਆਂ ਹੋਈਆਂ ਸਨ ਔਰ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਫੌਜਾਂ ਨੇ ਆ ਕੇ ਬੰਦ ਕਰ ਦਿੱਤੇ ਸਨ ਅਤੇ ਅਕਾਲ ਤਖਤ ਢਾਇਆ ਗਿਆ। ਹਜ਼ਾਰਾਂ ਹੀ ਜਿਹੜੇ ਆ ਸਿੰਘ ਸ਼ਹੀਦ ਕੀਤੇ ਗਏ, 35 ਵਰ੍ਹੇ ਹੋ ਗਏ ਨੇ। ਇਸ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੁਜ਼ਾਹਰੇ ਹੁੰਦੇ ਨੇ, ਪਰ ਇਸ ਦਾ ਕੁਛ ਹਾਲੇ ਤੱਕ ਜਿਹੜਾ ਆ ਕਿਹਨਾਂ ਲੋਕਾਂ ਨੇ ਕਰਾਇਆ, ਕੌਣ ਜ਼ਿੰਮੇਵਾਰ ਨੇ, ਇਸ ਦੇ ਉੱਪਰ ਜਿਹੜੀ ਹਾਲੇ ਕੋਈ ਵੀ ਰਿਪੋਰਟ ਜਾਂਚ ਕਮਿਸ਼ਨ ਨਹੀਂ ਬੈਠਾ, ਇਹ ਜ਼ਰੂਰ ਹੋਣੀ ਚਾਹੀਦੀ। ਇਹ ਉੱਥੇ ਹੁਣ ਜਿਹੜੀ ਮੰਗ ਜਿਹੜੀ ਉੱਠ ਪਈ ਹੈਗੀ ਆ। ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਘੱਲੂਘਾਰਾ ਦਿਵਸ ਦੇ ਉੱਪਰ ਜੋ ਸ਼ਹੀਦਾਂ ਦੇ ਪਰਿਵਾਰ ਹੈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਅਤੇ ਸਿੰਘ ਸਾਹਿਬ ਵੱਲੋਂ, ਹਰਦੀਪ ਸਿੰਘ ਹੋਣਾ ਵੱਲੋਂ ਉੱਥੇ ਸੰਦੇਸ਼ ਵੀ ਦਿੱਤਾ ਗਿਆ ਔਰ ਕੌਮ ਨੂੰ ਇਕੱਠੇ ਰਹਿਣ ਦਾ ਜਿਹੜਾ ਗੱਲ ਜਿਹੜੀ ਕੀਤੀ ਗਈ ਆ। ਬੇਸ਼ੱਕ ਥੋੜ੍ਹੀ ਵਾਲੀ ਗੜਬੜ ਹੋਈ ਆ ਜਦੋਂ ਧਿਆਨ ਸਿੰਘ ਮੰਡ ਹੋਣੀ ਆਪਣਾ ਵੀ ਭਾਸ਼ਣ ਬਾਅਦ ਸੁਣਾਉਣ ਲੱਗੇ ਤਾਂ ਉਸ ਵੇਲੇ ਜੋ ਸਿਵਲ ਵਰਦੀਆਂ 'ਚ ਪੁਲਿਸ ਸੀ ਉਹਨਾਂ ਨੇ ਥੋੜ੍ਹਾ ਉੱਥੇ ਰੌਲਾ ਰੱਪਾ ਵੀ ਪਾਇਆ ਹੈਗਾ, ਅਤੇ ਫਿਰ ਜਿਹੜੀ ਜੋ ਖਿੜਕਾਪ ਹੋਣ ਲੱਗੀ ਸੀ ਉਸ ਨੂੰ ਉੱਥੇ ਰੋਕ ਲਿਆ ਗਿਆ ਹੈ, ਅਤੇ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਸਿੱਖਾਂ ਨੂੰ ਉੱਥੋਂ ਅਪੀਲ ਵੀ ਜਿਹੜੀ ਆ ਇਹ ਕੀਤੀ ਗਈ ਹੈਗੀ ਆ। ਅਤੇ ਇਸ ਦੇ ਉੱਪਰ ਭਾਈ ਲੌਂਗੋਵਾਲ ਜੋ SGPC ਦੇ ਪ੍ਰਧਾਨ ਨੇ ਉਹਨਾਂ ਆਖਿਆ ਕਿ ਜਿੰਨੇ ਸਿੰਘ ਸ਼ਹੀਦ ਹੋਏ ਨੇ 84 ਵੇਲੇ ਉਹਨਾਂ ਦੀ ਪੂਰੀ ਇੱਕ ਜਿਹੜੀ ਆ ਸੂਚੀ ਛਾਪੀ ਜਾਵੇਗੀ, ਕਿਉਂਕਿ ਹਾਲੇ ਇੰਨਾ ਵੱਡਾ ਵੇਰਵਾ ਕੋਈ ਅਥੈਂਟਿਕ ਹੈ ਨਹੀਂ ਗਾ ਪੂਰਾ ਵੀ ਕਿੰਨੇ ਲੋਕ ਸ਼ਹੀਦ ਹੋਏ ਸਨ ਅਤੇ ਕਿਹੜੀਆਂ ਪਿੰਡਾਂ ਦੇ ਸਨ। ਇਸ ਸੰਬੰਧੀ ਜਿਹੜੀ ਆ ਪੂਰਾ ਕਿਤਾਬਚਾ ਜਿਹੜਾ ਛਾਪਣ ਦੀ ਗੱਲ ਕੀਤੀ ਗਈ ਹੈਗੀ ਆ। ਅਤੇ ਨਾਲ ਹੀ ਦਿੱਲੀ ਦੇ ਵਿੱਚ ਜੋ ਦਿੱਲੀ ਦੀਆਂ ਆਪਣੇ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਉੱਥੇ ਦੀਆਂ ਹੋਰ ਸਿੱਖ ਜਥੇਬੰਦੀਆਂ, ਉਹਨਾਂ ਨੇ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਕੀਤੀ ਹੈ ਔਰ ਮੈਮੋਰੈਂਡਮ ਦਿੱਤਾ ਜਾਵੇਗਾ ਛੇਤੀ ਕਿ ਜੋ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਦੀ ਲੋੜ ਇਹਨਾਂ ਨੂੰ ਕਿਉਂ ਪਈ ਕਾਂਗਰਸ ਦੀ ਸਰਕਾਰ ਨੂੰ, ਬਹੁਤ ਸਾਰੇ ਹੋਰ ਵੀ ਜਿਹੜੇ ਆ ਤਰੀਕੇ ਸਨ ਜੇਕਰ ਕਿਸੇ ਨੂੰ ਉੱਥੋਂ ਗ੍ਰਿਫਤਾਰ ਕਰਨਾ ਹੁੰਦਾ ਸੀ, ਆਖਿਰ ਹਮਲਾ ਕਿਉਂ ਕੀਤਾ ਗਿਆ ਔਰ ਜਿਹੜੇ ਦੋਸ਼ੀ ਨੇ ਉਹਨਾਂ ਲੋਕਾਂ ਦੇ ਨਾਮ ਹਸ਼ਰ ਹੋਣ ਔਰ ਉਹਨਾਂ ਨੂੰ ਸਾਹਮਣਾ ਲਿਆ ਕੇ ਜਿਹੜੀ ਆ ਇਹ ਰਿਪੋਰਟ ਜਨਤਕ ਹੋਣੀ ਚਾਹੀਦੀ ਆ। ਇਸ ਦੇ ਉੱਪਰ ਵੀ ਹੁਣ ਗੱਲ ਜਿਹੜੀ ਅੱਗੇ ਤੁਰੀ ਹੈ, ਰਾਸ਼ਟਰਪਤੀ ਕਿੰਨਾ ਐਕਸ਼ਨ ਇਸ 'ਤੇ ਲੈਂਦਾ ਹੈ, ਕਿੱਥੇ ਤੱਕ ਇਹ ਗੱਲ ਕਰਦਾ ਹੈ, ਮੋਦੀ ਤੱਕ ਪਹੁੰਚਾਉਂਦਾ ਹੈ, ਸਰਕਾਰ ਨੂੰ ਕਹਿੰਦਾ ਹੈ, ਔਰ ਇਹ ਹੁਣ ਸਮਾਂ ਦੱਸੇਗਾ। ਅਤੇ ਨਾਲ ਹੀ ਭਾਰਤੀ ਸਰਕਾਰ ਨੂੰ ਵੀ ਇਹ ਵੀ ਗੱਲ ਹੈ ਕਿ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਕੇ ਉਸ ਹਮਲੇ ਦੀ ਨਿਖੇਧੀ ਕੀਤੀ ਜਾਵੇ ਅਤੇ ਨਾਲੇ ਮਾਫ਼ੀ ਮੰਗੀ ਜਾਵੇ। ਇਹ ਵੀ ਗੱਲ ਜਿਹੜੀ ਅੱਗੇ ਤੁਰੀ ਹੈਗੀ ਆ। ਮੋਦੀ ਸਰਕਾਰ ਨੇ ਇਸ ਵੇਲੇ ਆਪਣਾ ਰਾਜਕਾਲ ਸੰਭਾਲਿਆ ਹੈਗਾ, ਵੱਡੇ ਮੰਤਰੀ ਬਣਾਏ ਨੇ, ਨੰਬਰ 2 ਤੇ ਅਮਿਤ ਸ਼ਾਹ ਨੂੰ ਕਰ ਦਿੱਤਾ ਹੈ ਗ੍ਰਹਿ ਮੰਤਰੀ ਇੰਡੀਆ ਦਾ। ਅਤੇ ਨਾਲ ਹੀ ਅਮਿਤ ਸ਼ਾਹ ਦੇ ਨਾਲ ਰਾਜਨਾਥ ਸਿੰਘ ਜਿਹੜਾ ਪਹਿਲਾਂ ਗ੍ਰਹਿ ਮੰਤਰੀ ਸੀ ਉਸ ਨੂੰ ਡਿਫੈਂਸ ਮਿਨਿਸਟਰ, ਅਤੇ ਸੀਤਾਰਾਮਨ ਜਿਹੜੀ ਆ ਪਹਿਲਾਂ ਡਿਫੈਂਸ ਮਿਨਿਸਟਰ ਸੀ ਉਸ ਨੂੰ ਵਿੱਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ। ਵਿਦੇਸ਼ ਮੰਤਰੀ ਐੱਸ ਜੈ ਕ੍ਰਿਸ਼ਨ ਬੜਾ ਵੱਡਾ ਨਾਮ ਹੈ ਭਾਰਤ ਦੇ ਅਫਸਰਸ਼ਾਹੀ ਦੇ ਵਿੱਚ, ਵਿਦੇਸ਼ੀ ਸਕੱਤਰਾਂ ਦੇ ਵਿੱਚ ਕਾਫ਼ੀ ਹੰਢਿਆ ਹੋਇਆ, ਇਸ ਨੂੰ ਫੋਰਨ ਮਿਨਿਸਟਰ ਬਣਾਇਆ ਕਿਉਂਕਿ ਪਹਿਲਾਂ ਸੁਸ਼ਮਾ ਸਵਰਾਜ ਸੀ ਉਹ ਨਹੀਂ ਬਣੀ, ਉਸਦੇ ਥਾਂ ਇਸ ਨੂੰ ਜਿਹੜਾ ਬਣਾਇਆ ਗਿਆ, ਹਾਲਾਂਕਿ ਇਹ MP ਨਹੀਂ। ਪੰਜਾਬ 'ਚੋਂ 3 ਮਿਨਿਸਟਰ ਬਣਾਏ ਹੈਗੇ ਆ ਮੋਦੀ ਨੇ, ਹਰਸਿਮਰਨ ਕੌਰ ਬਾਦਲ, ਅਤੇ ਨਾਲ ਹੀ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਅਤੇ ਇਸ ਦੇ ਨਾਲ ਹਰਦੀਪ ਸਿੰਘ ਪੁਰੀ ਜਿਹੜਾ ਅੰਮ੍ਰਿਤਸਰ ਤੋਂ ਹਾਰਿਆ, ਬੜਾ ਤਗੜਾ ਡਿਪਲੋਮੈਟ ਅਫਸਰ ਰਿਹਾ ਇੰਡੀਅਨ ਗੌਰਮੈਂਟ ਦਾ, ਇਹ ਵੀ ਉੱਥੇ ਜਿਹੜੇ ਆ ਇਹਨਾਂ ਨੂੰ ਮਿਨਿਸਟਰ ਜਿਹੜਾ ਬਣਾਇਆ ਗਿਆ ਹੈ। ਪੰਜਾਬ ਲਈ ਇਹ ਕੀ ਕਰਦੇ ਆ ਇਹ ਹੁਣ ਬਿਲਕੁਲ ਆਉਣ ਵਾਲਾ ਸਮਾਂ ਦੱਸੇਗਾ। ਅਤੇ ਪ੍ਰਿੰਕਾ ਦੇ ਘਰ ਵਾਲਾ ਰੋਬਰਟ ਬਾਡਰਾ, ਜਿਸ ਦੇ ਉੱਪਰ ਕਾਫ਼ੀ ਜਿਹੜੇ ਆ ਜ਼ਮੀਨ ਹੜੱਪਣ ਜਾਂ ਹੋਰ ਪੈਸੇ ਦੇ ਲੈਣ ਦੇਣ ਦੇ ਕੇਸ ਚੱਲ ਰਹੇ ਆ, ਉਸਨੇ ਬ੍ਰਿਟੇਨ ਆਉਣ ਦੀ ਆਪਣੀ ਮਨਜ਼ੂਰੀ ਮੰਗੀ ਸੀ ਅਦਾਲਤ ਤੋਂ, ਪਰ ਅਦਾਲਤ ਨੇ ਉਸਨੂੰ ਇਹ ਮਨਜ਼ੂਰੀ ਨਹੀਂ ਦਿੱਤੀ। ਉਸਨੇ ਆਖਿਆ ਕਿ ਮੈਂ ਇਲਾਜ ਕਰਾਉਣਾ ਹੈ ਲੰਡਨ ਜਾ ਕੇ, ਪਰ ਉਸਦੀ ਪ੍ਰੋਪਰਟੀ ਇੱਥੇ ਵੀ ਹੈ। ਅਦਾਲਤ ਨੇ ਕਿਹਾ ਕਿ ਹੋ ਸਕਦਾ ਬਾਕੀ ਵੀ 2-3 ਇੱਥੇ ਮਾਲੀਆ ਵਰਗੇ ਬੈਠੇ ਨੇ, ਇਹ ਵੀ ਜਾ ਕੇ ਉੱਥੇ ਨਾ ਬੈਠ ਜਾਵੇ। ਉਹਨਾਂ ਨੇ ਆਖਿਆ ਨਿਊਜ਼ੀਲੈਂਡ ਜਾਂ ਅਮਰੀਕਾ ਵਿੱਚ ਜਾ ਕੇ ਤੂੰ ਆਪਣਾ ਇਲਾਜ ਕਰਾ ਸਕਦਾ ਹੈਗਾ, ਪਰ ਬ੍ਰਿਟੇਨ ਦੇ ਵਿੱਚ ਇਲਾਜ ਜਿਹੜਾ ਨਹੀਂ ਕਰਾ ਸਕਦਾ। ED ਨੇ ਉਸਨੂੰ ਕਾਫ਼ੀ 5-6 ਘੰਟੇ ਪੁੱਛਗਿੱਛ ਵੀ ਕੀਤੀ ਹੈ ਵੀ ਕਿੱਥੇ ਕਿੱਥੇ ਘਪਲਾ ਜਿਹੜਾ ਹੈ, ਸਕਾਈ ਲਾਨ ਦੇ ਨਾਂ 'ਤੇ ਉਸਨੇ ਬੜੀ ਜ਼ਮੀਨ ਹੜੱਪ ਕੀਤੀ ਹੈ ਹਰਿਆਣੇ ਅਤੇ ਰਾਜਸਥਾਨ ਵਿੱਚ, ਜੋ ਉਸਦੇ ਉੱਪਰ ਜਿਹੜੇ ਦੋਸ਼ ਲੱਗੇ ਹੋਏ ਨੇ। ਆਪਾਂ ਲੈ ਲਈਏ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਪ ਜੀ ਨੂੰ ਫਿਰ ਮਿਲਦੇ ਹਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਗਾਂ ਸੈਸ਼ਨ ਵੀ ਸ਼ੁਰੂ ਹੋਣੇ, ਪਰ ਉੱਥੇ ਦੀ ਜੋ ਸਪੀਕਰ ਹੁੰਦਾ ਹੈ ਉਹ ਹਾਲੇ ਤਾਂ ਇਹਨੇ ਚੁਣਿਆ ਗਿਆ। 2 ਲੋਕਾਂ ਦੇ ਨਾਮ ਸਾਹਮਣੇ ਆ ਰਹੇ ਆ, ਹੋ ਸਕਦਾ ਉੱਥੇ ਪਾਰਲੀਮੈਂਟ ਦੇ ਵਿੱਚ ਜਠਾਣੀ ਦਰਾਣੀ ਦੀ ਝੜਪ ਹੋਇਆ ਕਰੇ, ਕਿਉਂਕਿ ਮੇਨਕਾ ਗਾਂਧੀ ਨੂੰ ਮਿਨਿਸਟਰ ਨਹੀਂ ਬਣਾਇਆ ਗਿਆ ਇਸ ਵਾਰੀ ਕੈਬਨਿਟ ਵਿੱਚ। ਅਤੇ ਗੱਲ ਇਹ ਚੱਲ ਰਹੀ ਹੈ ਕਿ ਮੇਨਕਾ ਗਾਂਧੀ ਜਿਹੜੀ ਹੈ ਇੰਗਲਿਸ਼ ਵੀ ਬਹੁਤ ਵਧੀਆ ਬੋਲਦੀ ਹੈ, ਹਿੰਦੀ ਵੀ ਬਹੁਤ ਵਧੀਆ ਬੋਲਦੀ ਹੈ ਔਰ ਪੰਜਾਬੀ ਵੀ ਬਹੁਤ ਵਧੀਆ ਬੋਲਦੀ ਆ, ਇਸ ਨੂੰ ਸਪੀਕਰ ਬਣਾ ਦਿੱਤਾ ਜਾਵੇ ਲੋਕ ਸਭਾ ਦਾ। ਅਗਰ ਇਹ ਸਪੀਕਰ ਬਣਦੀ ਹੈ ਤਾਂ ਉਸਦੀ ਜਿਹੜੀ ਸਰਦਾਰੀ ਹੋ ਜਾਵੇਗੀ ਸੋਨੀਆ ਗਾਂਧੀ ਦੇ ਉੱਪਰ ਵੀ, ਕਿਉਂਕਿ ਸਪੀਕਰ ਤੋਂ ਟਾਈਮ ਲੈ ਕੇ ਹੀ ਜਿਹੜਾ ਬੋਲਣਾ ਪੈਂਦਾ ਹੈ। ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਨੇ ਆਪਣਾ ਜੋ MPs ਨੇ ਉਸ ਕਮੇਟੀ ਦਾ ਜਿਹੜਾ ਆਪਣੇ ਪਾਰਲੀਮੈਂਟਰੀ ਜਿਹੜਾ ਮੁਖੀ ਸੋਨੀਆ ਗਾਂਧੀ ਨੂੰ ਇਸ ਵਾਰੀ ਚੁਣਿਆ ਹੈ, ਪਿਛਲੀ ਵਾਰੀ ਨਹੀਂ ਚੁਣਿਆ ਸੀ ਕਿਉਂਕਿ ਪਾਰਟੀ ਦੀ ਮਾੜੀ ਹਾਲਤ ਦੇਖਦਿਆਂ ਦਸ਼ਾ ਦੇਖ ਕੇ ਸੋਨੀਆ ਨੇ ਆਪ ਹੀ ਕਮਾਂਡ ਜਿਹੜੀ ਆ ਲੋਕ ਸਭਾ ਦੇ ਵਿੱਚ ਜਿਹੜੀ ਸੰਭਾਲੀ ਹੈਗੀ ਆ। ਵੈਸੇ ਆਲੂ ਵਾਲੀਆ ਦਾ ਨਾਮ ਵੀ ਚੱਲ ਰਿਹਾ ਕਿ ਸ਼ਾਇਦ ਇਹ ਵੀ ਜਿਹੜਾ ਆ ਲੋਕ ਸਭਾ ਦਾ ਸਪੀਕਰ ਦਾ ਉਮੀਦਵਾਰ ਹੈ, ਇਸ ਨੂੰ ਬਣਾ ਦਿੱਤਾ। ਦੋਹਾਂ ਵਿੱਚੋਂ ਇੱਕ ਦੇ ਉੱਪਰ ਗੁਣਾ ਪੈਣ ਦੀ ਪੂਰੀ ਜਿਹੜੀ ਆ ਆਸ ਸਮਝੀ ਜਾ ਰਹੀ ਹੈ। ਭਾਰਤ ਸਰਕਾਰ ਨੇ ਆਪਣੀ ਜੋ ਐਜੂਕੇਸ਼ਨ ਨੀਤੀ ਹੈ ਉਸ ਵਿੱਚ ਥੋੜ੍ਹਾ ਤਬਦੀਲੀ ਲਿਆਂਦੀ ਹੈ। ਉਹ ਹੈ ਕਿ ਪਹਿਲਾਂ ਇਹ ਸੀ ਕਿ 3 ਲੈਂਗੁਏਜ ਜਿਹੜੀਆਂ ਆ ਉਹ ਹਰ ਰਾਜ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਨੀਆਂ ਪੈਣਗੀਆਂ, ਜਿਸ ਦੇ ਵਿੱਚ ਇੰਗਲਿਸ਼ ਔਰ ਰਾਜ ਦੀ ਭਾਸ਼ਾ ਅਤੇ ਹਿੰਦੀ। ਮਿਸਾਲ ਦੇ ਤੌਰ 'ਤੇ ਪੰਜਾਬ ਦੇ ਵਿੱਚ ਪੰਜਾਬੀ, ਇੰਗਲਿਸ਼ ਅਤੇ ਹਿੰਦੀ, ਇਹ 3 ਭਾਸ਼ਾਵਾਂ ਪੜ੍ਹਨੀਆਂ ਪੈਂਦੀਆਂ ਸੀ। ਪਰ ਨੀਤੀ ਵਿੱਚ ਉਹਨਾਂ ਨੇ ਤਬਦੀਲੀ ਕਰਕੇ ਇਹ ਕਹਿ ਦਿੱਤਾ ਕਿ ਰਾਜ ਦੀ ਭਾਸ਼ਾ ਜ਼ਰੂਰੀ ਹੈ, ਫਿਰ ਇੰਗਲਿਸ਼ ਹੈ, ਹਿੰਦੀ ਤੁਹਾਡੀ ਜਿਹੜੀ ਆਪਸ਼ਨ ਹੈ ਕੰਪਲਸਰੀ ਨਹੀਂ ਹੈ। ਜੇ ਤੁਸੀਂ ਹਿੰਦੀ ਪੜ੍ਹਨੀ ਹਿੰਦੀ ਪੜ੍ਹੋ ਜਾਂ ਹੋਰ ਕਿਸੇ ਰਾਜ ਦੀ ਭਾਸ਼ਾ ਪੜ੍ਹਨੀ ਜਾਂ ਕੋਈ ਫੋਰਨ ਲੈਂਗੁਏਜ ਜਿੱਥੇ ਟੀਚਰ ਅਵੇਲੇਬਲ ਹੈ ਉਹ ਪੜ੍ਹਨੀ ਤਾਂ ਉਹ ਪੜ੍ਹੋ। ਇਸੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਲੋਕਾਂ ਦੀ ਜਿਹੜੀ ਮੰਗ ਸੀ ਕਿ ਪੰਜਾਬੀ ਨੂੰ ਤਰਜੀਹ ਦਿੱਤੀ ਜਾਵੇ ਉਸ ਨੂੰ ਬੜਾ ਜਿਹੜਾ ਬਲ ਮਿਲਿਆ ਹੈਗਾ। ਆਪਾਂ ਲੈ ਲਈਏ ਟੈਲੀਫੋਨ ਕਾਲ ਨਿਰਪਾਲ ਸਿੰਘ ਸ਼ੇਰਗਿੱਲ ਉਹਨਾਂ ਤੋਂ ਲੰਡਨ ਤੋਂ। ਹੈਲੋ,
ਹੈਲੋ ਹਾਂ ਜੀ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਕਾਲ ਚੈਨਲ ਤੇ ਸਤਿ ਸ਼੍ਰੀ ਅਕਾਲ ਸਿੰਘਾ ਸਾਹਿਬ ਹਾਂ ਜੀ ਕੀ ਖਬਰਾਂ ਅੱਜ ਕੱਲ੍ਹ ਚੱਲ ਰਹੀਆਂ ਦੁਨੀਆਂ ਦੇ ਵਿੱਚ ਉਹਨਾਂ 'ਤੇ ਥੋੜ੍ਹੀ ਜਿਹੀ ਆਪਾਂ ਨਜ਼ਰ ਮਾਰ ਲਈਏ ਖਾਸ ਕਰ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਲੇਬਰ ਪਾਰਟੀ ਦੀ ਆਪਸ ਵਿੱਚ ਜੋ ਚੁੰਝ ਨਾਲ ਚੁੰਝ ਫਸੀ ਹੈ ਇਹ ਕੀ ਚੱਕਰ ਸਾਰਾ ਚੱਲਿਆ ਹੈ ਇਹ ਚੁੰਝ ਇਸ ਤਰ੍ਹਾਂ ਦੀ ਹੈ ਜੀ ਕਿ ਦੇਖੋ ਕਾਫੀ ਦੇਰ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜੀ ਬਰਤਾਨੀਆ ਦੀ ਟਰੀਸਾ ਮੇ ਉਹਨੇ 10 ਜੂਨ ਨੂੰ ਕੰਮ ਖਤਮ ਕਰ ਦੇਣਾ ਹਾਂਜੀ ਉਸ ਤੋਂ ਪਹਿਲਾਂ ਕਾਹਲੀ ਦੇ ਵਿੱਚ ਬੁਨਿਆਦੀ ਤੌਰ ਦੇ ਉੱਤੇ ਉਹਨੇ ਅਸਤੀਫਾ ਦੇ ਦਿੱਤਾ ਤੇ ਉਸ ਦੌਰਾਨ ਦੇ ਵਿੱਚ ਉਹਨਾਂ ਦਾ ਇੱਥੇ ਆਉਣਾ ਕਾਹਲੀ ਦੇ ਵਿੱਚ ਉਹਨੂੰ ਸਮ ਅਪ ਕਰਨਾ ਆਪਣੀ ਜਿਹੜੀ ਡਿਊ ਸੀਗੀ ਵਿਜ਼ਿਟ ਉਹ 3 ਤੋਂ ਲੈ ਕੇ 5 ਜੂਨ ਤੱਕ ਉਹ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਪਰਿਵਾਰ ਦੇ ਨਾਲ ਅਤੇ ਪਰਿਵਾਰ ਦੇ ਸਾਰੇ ਜੀਆਂ ਦੇ ਨਾਲ ਅਤੇ ਸੈਂਕੜੇ ਵਪਾਰਕ ਕੰਪਨੀਆਂ ਦੇ ਜਿਹੜੇ ਨੁਮਾਇੰਦੇ ਸੀ ਅਤੇ ਮੁਖੀ ਸੀ ਉਹਨਾਂ ਦੇ ਨਾਲ ਬਰਤਾਨੀਆ ਦਾ ਦੌਰਾ ਕਰਕੇ ਗਏ ਨੇ ਵਪਾਰਕ ਪੱਖੋਂ ਅਤੇ ਸਮਾਜਿਕ ਪੱਖੋਂ ਇਹ ਬਹੁਤ ਵਧੀਆ ਦੌਰਾ ਸੀ ਜਿੱਥੇ ਤੱਕ ਲੇਬਰ ਪਾਰਟੀ ਦੇ ਮੁਖੀ ਦੀ ਗੱਲ ਹੈ ਉਹਨੇ ਜਿਹੜਾ 3 ਤਾਰੀਖ ਨੂੰ ਰਾਤ ਨੂੰ ਮਹਾਰਾਣੀ ਐਲਿਜ਼ਬੈਥ ਨੇ ਖਾਣਾ ਦਿੱਤਾ ਸੀ ਸਟੇਟ ਬੈਂਕਟ ਜਿਹੜਾ ਸੀ ਉਸ ਨੂੰ ਲੇਬਰ ਪਾਰਟੀ ਦੇ ਮੁਖੀ ਨੇ ਬਾਈਕਾਟ ਕੀਤਾ ਜਰਮੀ ਕੋਰਬਨ ਨੇ ਔਰ ਉਸਨੇ ਦੂਸਰੇ ਦਿਨ ਜਿਹੜਾ ਡੋਨਲਡ ਟਰੰਪ ਦੇ ਖਿਲਾਫ ਲੰਡਨ ਦੇ ਵਿੱਚ ਬਹੁਤ ਵੱਡਾ ਮੁਜ਼ਾਹਰਾ ਹੋਇਆ ਰੋਸ ਵਿਖਾਵਾ ਹੋਇਆ ਉਸ ਨੂੰ ਵੀ ਜਾ ਕੇ ਉਸਨੇ ਆਪਣਾ ਭਾਸ਼ਣ ਦਿੱਤਾ ਔਰ ਡੋਨਲਡ ਟਰੰਪ ਦੀਆਂ ਨੀਤੀਆਂ ਤੇ ਜਾਂ ਉਹਦੇ ਕੰਮਾਂ ਦੇ ਉੱਤੇ ਉਹਦੇ ਵਿਰੁੱਧ ਕਾਫੀ ਵੱਡਾ ਡਗਾ ਮਾਰਿਆ ਠੀਕ ਹੈ ਇਸ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਨਹੀਂ ਹੈ ਦੂਸਰੇ ਦਿਨ 4 ਤਾਰੀਖ ਦੀ ਰਾਤ ਨੂੰ ਅਮਰੀਕਾ ਦੇ ਜਿਹੜਾ ਹਾਈ ਕਮਿਸ਼ਨਰ ਅੰਬੈਸਡਰ ਹੈ ਉਹਦੇ ਵੱਲੋਂ ਵੀ ਸਟੇਟ ਬੈਂਕਟ ਖਾਣਾ ਦਿੱਤਾ ਗਿਆ ਅਮਰੀਕਾ ਵੱਲੋਂ ਤੇ ਉੱਥੇ ਵੀ ਉਹ ਬੰਦੇ ਵਿਅਕਤੀ ਜਰਮੀ ਕੋਰਬਨ ਜਾਂ ਹੋਰ ਕਈ ਆਗੂ ਜਿਹੜੇ ਨੇ ਉਹ ਉੱਥੇ ਨਹੀਂ ਸ਼ਾਮਿਲ ਹੋਏ ਬਾਅਦ ਵਿੱਚ ਦੱਸਿਆ ਜਾ ਰਿਹਾ ਕਿ ਜਰਮੀ ਕੋਰਬਨ ਉਸਨੂੰ ਮਿਲਣ ਦਾ ਸਮਾਂ ਮੰਗ ਰਿਹਾ ਸੀ ਤੇ ਉਹ ਕਹਿੰਦਾ ਮੈਂ ਨਹੀਂ ਮਿਲਣਾ ਤੈਨੂੰ ਉਹ ਕਹਿੰਦਾ ਸੀ ਵੀ ਹਾਂ ਸਟੇਟ ਬੈਂਕਟ ਦੇ ਤੂੰ ਆਇਆ ਨਹੀਂ ਤੇ ਅੱਜ ਤੂੰ ਮੈਨੂੰ ਮਿਲਣਾ ਚਾਹੁੰਦਾ ਠੀਕ ਹੈ ਜੀ ਇਸੇ ਤਰੀਕੇ ਨਾਲ ਉਸ ਤੋਂ ਪਹਿਲਾਂ ਜਿਹੜਾ ਟੀਸਾ ਮੇ ਦਾ ਸਭ ਤੋਂ ਵੱਡਾ ਵਿਰੋਧੀ ਤੇ ਉਮੀਦਵਾਰ ਹੈ ਪ੍ਰਧਾਨ ਮੰਤਰੀ ਦਾ ਬੋਰਿਸ ਜੌਨਸਨ ਉਸ ਨੇ ਵੀ ਉਹਨੂੰ ਵੀ ਕਿਹਾ ਸੀ ਉਸਨੇ ਤੇ ਮਿਲਣ ਵਾਸਤੇ ਵੀ ਮੈਂ ਤਿਆਰ ਹਾਂ ਵੁੱਡ ਵੀ ਪ੍ਰਾਈਮ ਮਿਨਿਸਟਰ ਨੂੰ ਪਰ ਉੱਥੇ ਉਸਨੇ ਜਿਹੜਾ ਹੈ ਬੋਰਿਸ ਜੌਨਸਨ ਨੇ ਜਵਾਬ ਦੇ ਦਿੱਤਾ ਸੀ ਵੀ ਮੈਂ ਇਕੱਲਾ ਨਹੀਂ ਮਿਲੂੰਗਾ ਪਾਰਟੀ ਦੇ ਲੋਕਾਂ ਦੇ ਨਾਲ ਮੈਂ ਡੋਨਲਡ ਟਰੰਪ ਨਾਲ ਮੀਟਿੰਗ ਠੀਕ ਹੈ ਸ਼ੇਰ ਖਾਨ ਜੀ ਅੱਗੇ ਭਾਰਤ ਵਿੱਚ ਮੋਦੀ ਦੀ ਸਰਕਾਰ ਬਣੀ ਹੈ ਨਵੀਂ ਕੈਬਨਿਟ ਬਣੀ ਹੈਗੀ ਆ ਹਾਂਜੀ ਸਰ ਮੰਤਰੀ ਜਿਹੜੇ ਬਣੇ ਨੇ ਪੰਜਾਬ 'ਚੋਂ 3 ਮੰਤਰੀ ਲਏ ਹਾਲਾਂਕਿ ਪੰਜਾਬ 'ਚੋਂ 8 ਕਾਂਗਰਸੀ MP ਜਿੱਤੇ ਨੇ ਇਹਦੇ ਪਿੱਛੇ ਕੀ ਰੀਜ਼ਨ ਹੈ ਹਾਂ ਕਾਂਗਰਸੀ 8 ਜਿੱਤੇ ਨੇ ਜੀ ਭਾਵੇਂ 13 ਜਿੱਤ ਜਾਂਦੇ ਪਰ ਸਰਕਾਰ ਤਾਂ ਪ੍ਰਾਈਮ ਮਿਨਿਸਟਰ ਮੋਦੀ ਭਾਰਤੀ ਜਨਤਾ ਪਾਰਟੀ ਅਤੇ ਉਹਦੇ ਗਰੁੱਪ ਦੀ ਹੈ ਜੀ ਠੀਕ ਹੈ ਜੀ ਕੌਮੀ NDA ਜਿਹੜਾ ਹੈਗਾ ਹਾਂਜੀ ਉਹਦੇ ਵਿੱਚੋਂ ਬਿਲਕੁਲ ਮੋਦੀ ਬੁਨਿਆਦੀ ਤੌਰ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰੀ ਹੈ ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਨੇ ਜਿਹੜੇ 3 ਉਮੀਦਵਾਰ ਖੜੇ ਕੀਤੇ ਸੀ ਸਨੀ ਦਿਓਲ ਸੋਮ ਪ੍ਰਕਾਸ਼ ਜਿਹੜਾ MLA ਸੀ ਫਗਵਾੜੇ ਦਾ ਤੇ ਤੀਸਰਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤਿੰਨਾਂ ਦੇ ਵਿੱਚੋਂ ਉਹਨਾਂ ਦੇ 2 ਮੈਂਬਰ ਜਿੱਤ ਗਏ ਨੇ ਤੇ ਉਹ ਪਰ ਉਹਨਾਂ ਨੇ 3 ਬੰਦੇ ਜਿਹੜੇ ਨੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਗੱਠਜੋੜ ਦੇ 3 ਮੰਤਰੀ ਉਹਨਾਂ ਨੇ ਕੈਬਨਿਟ ਮੰਤਰੀ ਲਏ ਨੇ ਨੰਬਰ 1 ਤਾਂ ਬੇਸ਼ੱਕ ਹਰਦੀਪ ਸਿੰਘ ਪੁਰੀ ਹਾਰ ਗਿਆ ਅੰਮ੍ਰਿਤਸਰ ਤੋਂ ਪਰ ਉਹ ਰਾਜ ਸਭਾ ਦਾ ਮੈਂਬਰ ਹੁੰਦੇ ਹੋਏ ਉਸੇ ਤਰ੍ਹਾਂ ਹੀ ਕੇਂਦਰ ਦੇ ਵਿੱਚ ਸਿਵਲ ਏਵੀਏਸ਼ਨ ਸ਼ਹਿਰੀ ਹਵਾਬਾਜੀ ਵਿਭਾਗ ਦਾ ਮੰਤਰੀ ਬਣਾਇਆ ਗਿਆ ਤੇ ਦੂਸਰੇ ਜਿਹੜੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਪਿਛਲੀ ਵਾਰੀ ਵੀ ਜਿਹੜੇ ਕੇਂਦਰੀ ਮੰਤਰੀ ਸਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਉਸੇ ਅਹੁਦੇ ਉੱਤੇ ਬਿਰਾਜਮਾਨ ਕੀਤਾ ਗਿਆ ਤੇ ਤੀਸਰਾ ਜਿਹੜੇ ਫਗਵਾੜੇ ਤੋਂ MLA ਸੀ ਉਹ ਹੁਣ MP ਜਿੱਤ ਗਏ ਨੇ ਹੁਸ਼ਿਆਰਪੁਰ ਸੀਟ ਤੋਂ ਤੇ ਉਹਨਾਂ ਨੂੰ ਵੀ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਹੈ ਠੀਕ ਹੈ ਇਹ 3 ਬੰਦੇ ਪੰਜਾਬ ਇਹ ਸਮਝਿਆ ਜਾਵੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਜਾਂ ਪੰਜਾਬ ਨੂੰ ਕੁਛ ਵਾਧੂ ਹਿੱਸਾ ਡਿਵੈਲਪਮੈਂਟ ਵਾਸਤੇ ਆਰਥਿਕ ਪੱਖੋਂ ਹੋ ਸਕਦਾ
ਹਾਂ ਉਹ ਇਸ ਕਰਕੇ ਕਰਨਗੇ ਕਿਉਂਕਿ ਜਿਹੜੀ ਹੁਣ ਆਮ ਚਰਚਾ ਹੈਗੀ ਆ ਕਿ ਕੇਂਦਰ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਬੁਰੀ ਹਾਲ ਹੋਈ ਹੈ ਤੇ ਕੇਵਲ ਇੱਕ ਪਰਿਵਾਰ ਦੇ ਹੀ ਦੋਏ ਮਾਲਕ ਟੀਮੀ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਸਪੁੱਤਰੀ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੇ ਨੇ ਤੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਬੰਦੇ ਪਹਿਲਾਂ ਤੋਂ ਹੀ ਦੁਖੀ ਸੀਗੇ ਉਹ ਕਹਿ ਰਹੇ ਨੇ ਵੀ ਅਗਲੀ ਵਾਰੀ ਜਿੰਨੀਆਂ ਵੀ ਹੁਣ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦਾ ਅਗਲਾ ਇਲੈਕਸ਼ਨ ਹੋਏਗਾ ਜਿਹੜਾ ਕਿ 2022 ਦੇ ਵਿੱਚ ਹੋਣਾ ਹੈ ਸਭਾ ਉਹਦੇ ਵਿੱਚ ਉਹਨਾਂ ਨੇ 50% ਸੀਟਾਂ ਦੀ ਮੰਗ ਕਰ ਦਿੱਤੀ ਹੈ ਬਿਲਕੁਲ ਅੱਧ 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 ਹੋ ਜਾਵੇ ਮਤਲਬ ਇਹ ਆ ਵੀ ਹੌਲੀ 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 ਨੌ ਅਕਾਲੀ ਦਲ ਪਹਿਲਾਂ ਪੰਜਾਬ ਦੇ ਵਿੱਚ ਖਤਮ ਹੋ ਚੁੱਕੇ ਨੇ ਇਸ ਅਕਾਲੀ ਦਲ ਨੂੰ ਵੀ 50% ਉਹਦੇ ਆਪਣੇ ਭਾਈਵਾਲਾਂ ਨੇ ਖਤਮ ਕਰ ਦੇਣਾ ਤੇ ਬਾਕੀ ਲੋਕਾਂ ਨੇ ਵੀ ਜਿਹੜਾ ਹੋਰ ਬਾਕੀ ਉਮੀਦਵਾਰ ਨੇ ਜਿਵੇਂ ਤੁਸੀਂ ਕਿਹਾ ਹੈ ਕਿ ਕਾਂਗਰਸ ਦੇ 8 ਉਮੀਦਵਾਰ ਜਿੱਤ ਗਏ ਨੇ ਉਹ 8 ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਰੇ ਹਾਰੇ ਨੇ ਠੀਕ ਹੈ ਜੀ ਅਤੇ ਬਾਕੀ ਘੱਲੂਘਾਰਾ ਚੱਲ ਰਿਹਾ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਕੈਪਟਨ ਅਤੇ ਸਿੱਧੂ ਦੀ ਬੜੀ ਲੜਾਈ ਅੱਜ ਕੈਬਨਿਟ ਦੀ ਮੀਟਿੰਗ ਵੀ ਹੋ ਰਹੀ ਆ ਅਤੇ ਉਹਦੇ ਵਿੱਚ ਸਿੱਧੂ ਸਾਹਿਬ ਸ਼ਾਮਿਲ ਨਹੀਂ ਹੋਏ ਅੱਜ ਵੀ ਨਹੀਂ ਸ਼ਾਮਿਲ ਹੋਏ ਸਿੱਧੂ ਨੂੰ ਥੋੜਾ ਜਿਹਾ ਇਹ ਵੀ ਦੇਖਣਾ ਚਾਹੀਦਾ ਮਾਫ ਕਰਨਾ ਇੱਕ ਵਿਭਾਗੀ ਮਰਿਆਦਾ ਤੇ ਸਰਕਾਰੀ ਮਰਿਆਦਾ ਹੁੰਦੀ ਹੈ ਜਦੋਂ ਉਹਨਾਂ ਨੂੰ ਸੰਵਿਧਾਨ ਦੇ ਤੌਰ ਦੇ ਉੱਤੇ ਪੰਜਾਬ ਦਾ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ ਤਾਂ ਉਹ ਬਾਹਰ ਐਵੇਂ ਗੈਰ ਜ਼ਿੰਮੇਵਾਰ ਬਿਆਨ ਮਹਾਰਾਜਾ ਅਮਰਿੰਦਰ ਸਿੰਘ ਦੇ ਖਿਲਾਫ ਜਾਂ ਕਾਂਗਰਸ ਪਾਰਟੀ ਦੇ ਮੁਖੀ ਦੇ ਖਿਲਾਫ ਦੇ ਰਿਹਾ ਹੈ ਜਿਹਦਾ ਕੋਈ ਮਤਲਬ ਨਹੀਂ ਹੈ ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਅਗਰ ਰਾਹੁਲ ਗਾਂਧੀ ਨੇ ਉਸ ਨੂੰ ਸਟਾਰ ਪ੍ਰਚਾਰਕ ਬਣਾ ਲਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਬੜੇ ਭਾਈਆਂ ਦੇ ਆਪਣੇ ਬਾਪੂ ਚਾਚਿਆਂ ਦੇ ਉੱਤੇ ਜਿਹੜਾ ਚਿੱਕੜ ਸੜਦਾ ਫਿਰੇ ਬਹੁਤ ਬਹੁਤ ਮਿਹਰਬਾਨੀ ਸ਼ੇਰਗਿਆ ਜੀ ਤੁਸੀਂ ਬੜੀ ਜਾਣਕਾਰੀ ਇਹ ਸਨ ਹਰਪਾਲ ਸਿੰਘ ਸ਼ੇਰਗਿਆ ਅਤੇ ਭਾਰਤੀ ਜਲ ਸੈਨਾ ਜਿਸ ਨੂੰ ਆਪਾਂ ਨੇਵੀ ਕਹਿੰਦੇ ਹਾਂ ਉਸ ਦਾ ਜਿਹੜਾ ਮੁਖੀ ਬਣਿਆ ਚੀਫ ਐਡਮਾਇਰਲ ਇਸ ਵੇਲੇ ਉਹ ਆਦਮਪੁਰ ਦੁਆਬੇ ਦੇ ਵਿੱਚ ਆਦਮਪੁਰ ਦੇ ਲਾਗੇ ਪਿੰਡ ਫਤਿਹਪੁਰ ਦਾ ਰਹਿਣ ਵਾਲਾ ਕਰਮਵੀਰ ਸਿੰਘ ਨਿੱਜਰ ਬਣਿਆ ਹੈ ਔਰ ਇਸ ਗੱਲ ਦੇ ਨਾਲ ਦੁਆਬੇ ਦੇ ਵਿੱਚ ਖਾਸ ਕਰ ਖੁਸ਼ੀ ਦੀ ਲਹਿਰ ਹੈ ਬਈ ਆਦਮਪੁਰ ਦਾ ਰਹਿਣ ਵਾਲਾ ਇੱਕ ਵਸਨੀਕ ਜਿਹੜਾ ਇਸ ਵੇਲੇ ਭਾਰਤੀ ਨੇਵੀ ਦਾ ਜਿਹੜਾ ਮੁਖੀ ਬਣਿਆ ਹੈਗਾ ਅਤੇ ਬੜੀ ਇਲਾਕੇ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਵੈਸੇ ਛੋਟੇ ਜਿਹੇ ਪਿੰਡ ਦੇ ਪਰਿਵਾਰ ਵਿੱਚੋਂ 9 ਜਿਹੜੇ ਘਰ ਦੇ ਜੀ ਉਹ ਵੱਖ ਵੱਖ ਆਰਮੀ ਦਾ ਵੱਖ ਵੱਖ ਸੈਨਾਵਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਸਾਡੇ ਬਸ ਦੀ ਗੱਲ ਨਹੀਂ ਇਸ ਸੰਬੰਧੀ ਕੋਈ ਨੈਸ਼ਨਲ ਪਾਲਿਸੀ ਬਣਾ ਦਿੱਤੀ ਜਾਵੇ ਤਾਂ ਹੀ ਨਸ਼ਾ ਖਤਮ ਹੋ ਸਕਦਾ ਹੈ ਪਰ ਸਵਾਲ ਇਹ ਉੱਠ ਰਹੇ ਨੇ 4 ਹਫ਼ਤਿਆਂ ਦੇ ਵਿੱਚ ਗੁਟਕਾ ਸਾਹਿਬ ਅਤੇ ਕਸਮ ਖਾਣ ਵਾਲਾ ਇੰਨਾ ਮਜ਼ਬੂਤ ਇਨਸਾਨ ਹੁਣ ਮੋਦੀ ਨੂੰ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਦਿਨੋਂ ਦਿਨ ਅੱਗੇ ਨਾਲੋਂ ਵੀ ਵੱਧ ਰਹੇ ਗਲੀਆਂ ਸੜਕਾਂ ਦੇ ਵਿੱਚ ਵਿਕ ਰਹੇ ਨੇ ਅੱਗੇ ਹੋਰ ਲੋਕ ਸੀ ਹੁਣ ਹੋਰ ਲੋਕ ਨੇ ਪਰ ਨਸ਼ਾ ਜਿਹੜਾ ਆ ਉੱਥੇ ਹੀ ਜਿਹੜਾ ਉਨੀ ਤਰਦਾਦ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਿਕ ਰਿਹਾ ਹਰ ਰੋਜ਼ ਮੀਡੀਆ 'ਚ ਆ ਰਿਹਾ ਕਿ ਫਲਾਨੇ ਪਿੰਡ ਨੌਜਵਾਨ ਦੀ ਮੌਤ ਹੋ ਗਈ ਆ ਫਲਾਨੇ ਪਿੰਡ ਨੌਜਵਾਨ ਦੀ ਮੌਤ ਹੋ ਗਈ ਆ ਆਵਾਜ਼ ਇਹ ਵੀ ਉੱਠੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ 10 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸੀ ਉਦੋਂ ਕਿਸਾਨਾਂ ਦੇ ਉੱਪਰ ਗੋਲੀ ਚੱਲੀ ਸੀ ਜਿਸ ਦੇ ਵਿੱਚ 4 ਜਿਹੜੇ ਕਿਸਾਨ ਆ ਮਾਲਵੇ ਦੇ ਵਿੱਚ ਬਰਨਾਲੇ ਦੇ ਵਿੱਚ ਟ੍ਰੈਂਡੈਂਟ ਵਿਰੁੱਧ ਫੈਕਟਰੀ ਦੇ ਵਿਰੁੱਧ ਮੁਜ਼ਾਹਰਾ ਕਰਦੇ ਮਾਰੇ ਗਏ ਸਨ ਅਤੇ ਇਸੇ ਤਰ੍ਹਾਂ ਇੱਕ ਜਿਹੜਾ ਕਿਸਾਨ ਆ ਮਾਨਾ ਵਾਲਾ ਅੰਮ੍ਰਿਤਸਰ ਦੇ ਵਿੱਚ ਮਾਰਿਆ ਗਿਆ ਸੀ ਇਸ ਸੰਬੰਧੀ ਵੀ ਜਿਹੜੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਸ ਤਰ੍ਹਾਂ ਬਰਗਾੜੀ ਦੇ ਉੱਪਰ ਬਣਾਈ ਕੈਪਟਨ ਨੇ ਇਸ ਤਰ੍ਹਾਂ ਹੁਣ ਇਹ ਵੀ ਬਣਾ ਕੇ ਇਹ ਪੜਤਾਲ ਕੀਤੀ ਜਾਵੇ ਵੀ ਇਹ ਗੋਲੀ ਚਲਾਉਣ ਦੇ ਹੁਕਮ ਕੈਪਟਨ ਨੇ ਦਿੱਤੇ ਸਨ ਜਾਂ ਉਸ ਵੇਲੇ ਦੇ ਪੁਲਿਸ ਮਹਿਕਮੇ ਦੇ ਸਨ ਸੋ ਇੱਕ ਸਿਆਸਤ ਹੈ ਸਾਰੀ ਇਹ ਸਿਆਸਤ ਚੱਲ ਰਹੀ ਹੈ ਕਿਉਂਕਿ ਬਰਗਾੜੀ ਵਿੱਚ ਬਾਦਲਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਰਹੀ ਹੈ ਬਾਦਲਾਂ 'ਤੇ ਦੋਸ਼ ਰੱਖ ਅਗਰ ਕੋਈ ਦੋਸ਼ੀ ਹੈ ਤਾਂ ਸਜ਼ਾ ਤਾਂ ਹਰੇਕ ਨੂੰ ਮਿਲਣੀ ਚਾਹੀਦੀ ਹੈ ਭਾਵੇਂ ਕੋਈ ਹੋਵੇ ਪਰ ਜਿਸ ਤਰ੍ਹਾਂ ਰਿਪੋਰਟਾਂ ਤਿਆਰ ਕਰ ਹੋ ਰਹੀਆਂ ਆ ਜਾਂ ਉਹਦਾ ਸਿਆਸੀਕਰਨ ਜਿਹੜਾ ਹੋ ਰਿਹਾ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜਾ ਆ ਆਪਾਂ ਨੂੰ ਪਤਾ ਕਿ ਪਿਛਲੇ ਮਹੀਨਿਆਂ ਦੇ ਵਿੱਚ ਬਰਗਾੜੀ ਦੀ ਜਿਹੜੀ ਰਿਪੋਰਟ ਆਈ ਆ ਜੋ ਪੇਸ਼ ਵੀ ਹੋਈ ਆ ਉਸ ਦੇ ਉੱਪਰ ਵੀ ਕਿਵੇਂ ਗੜਬੜ ਚੱਲੀ ਹੈ ਆਪਸ ਵਿੱਚ ਗੁਰਦਾਸਪੁਰ ਤੋਂ ਜੋ ਹਰੇ ਨੇ ਸੁਨੀਲ ਜਾਖੜ ਭਾਵੇਂ ਗੁਰਦਾਸਪੁਰ ਦੇ ਵਿੱਚ ਫਿਰ ਲੋਕਾਂ ਦਾ ਧੰਨਵਾਦ ਕਰਨ ਗਏ ਨੇ ਪਰ ਕੈਪਟਨ ਨੇ ਉਸਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਅਤੇ ਆਖਿਆ ਕਿ ਇਸ ਨੂੰ ਮੁੜ ਪੰਜਾਬ ਦੇ ਵਿੱਚ ਸਿਆਸਤ ਵਿੱਚ ਸਰਗਰਮ ਕੀਤਾ ਜਾਵੇਗਾ ਔਰ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾਵੇਗਾ ਇਸ ਨੂੰ ਕੋਈ ਨਾ ਕੋਈ ਵਿਧਾਨ ਸਭਾ ਸੀਟ 'ਤੇ ਲੜਾਇਆ ਜਾਵੇਗਾ ਖਾਸ ਕਰ ਮੁੱਲਾਂਪੁਰ ਦਾਖਾ ਜਿਹੜੀ ਫੁਲਕੇ ਵਾਲੀ ਸੀਟ ਖਾਲੀ ਹੋਈ ਆ
ਉਸ ਦੇ ਉੱਪਰ ਲੜਾਉਣ ਦੀ ਗੱਲ ਚੱਲ ਰਹੀ ਹੈਗੀ ਆ। ਪਰ ਸੁਖਬੀਰ ਬਾਦਲ ਨੇ ਆਖਿਆ ਕਿ ਜਲਾਲਾਬਾਦ ਮੇਰੀ ਸੀਟ ਵੀ ਖਾਲੀ ਹੈ, ਉੱਥੋਂ ਸੁਨੀਲ ਜਾਖੜ ਨੂੰ ਲੜਾ ਦਿਓ, ਨਾਲੇ ਉਸਦਾ ਆਪਣਾ ਫਿਰੋਜ਼ਪੁਰ ਜਿਹੜਾ ਹਲਕਾ ਹੈ, ਦੇਖੋ ਕਿੱਥੋਂ ਮਤਲਬ ਇਹਦਾ ਗੁਣਾ ਪੈਂਦਾ ਹੈਗਾ। ਅਤੇ ਬਰਗਾੜੀ ਮੋਰਚੇ ਦੀ ਆਪਾਂ ਗੱਲ ਕੀਤੀ ਸੀ, ਉਸ ਦੇ ਉੱਪਰ ਜਿਹੜਾ ਸਿਆਸਤ ਹੋ ਰਹੀ ਆ ਰਿਪੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ, ਹਾਲਾਂਕਿ ਵਿਜੇ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਨੇ ਜਿਹੜੀ ਆ ਉੱਥੋਂ ਹਟਾਇਆ ਵੀ ਗਿਆ ਸੀ, ਅਤੇ ਰਿਪੋਰਟ ਮੁਤਾਬਕ ਉਸਦੇ ਸਾਈਨ 23 ਮਈ ਦੇ ਵੀ ਹਨ ਅਤੇ ਉਸਦੇ ਉੱਪਰ ਕੰਮ ਕਰਦਾ ਰਿਹਾ ਜੋ ਅਦਾਲਤ ਵਿੱਚ 26 ਤਰੀਕ ਨੂੰ ਪੇਸ਼ ਹੋਈ ਆ। ਉਸ ਦੇ ਨਾਲ ਦੇ ਜਿਹੜੇ ਆ SSP ਆਫਿਸਰਸ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਗੱਲ ਆ ਇਹ ਬਿਲਕੁਲ ਸਹੀ ਨਹੀਂ ਅਤੇ ਇਹ ਰਿਪੋਰਟ ਪੂਰੀ ਤਰ੍ਹਾਂ ਸਹੀ ਨਹੀਂ ਹੈਗੀ। ਇਸ ਦੇ ਉੱਪਰ ਜੋ ਕੈਪਟਨ ਹੈ ਉਸਨੇ ਪੁਲਿਸ ਮੁਖੀ ਦੀ ਇਹ ਜ਼ਿੰਮੇਵਾਰੀ ਵੀ ਲਾਈ ਸੀ ਕਿ ਸਾਰਿਆਂ ਨੂੰ ਇਕੱਠੇ ਬਿਠਾਲ ਕੇ ਇਹਨਾਂ ਦੀ ਐਕਸੁਰ ਕੀਤੀ ਜਾਵੇ, ਪਰ ਉਹ ਐਕਸੁਰ ਜਿਹੜੀ ਆ ਇਹ ਪੂਰੀ ਤਰ੍ਹਾਂ ਹਾਲੇ ਨਹੀਂ ਬਣੀ ਹੈਗੀ। ਅਤੇ ਇਸੇ ਤਰ੍ਹਾਂ ਬ੍ਰਿਟੇਨ ਦੇ ਵਿੱਚ ਕ੍ਰਿਕਟ ਕੱਲ੍ਹ ਚੱਲ ਰਹੀ ਹੈ, ਵਰਲਡ ਕੱਪ ਕ੍ਰਿਕਟ ਦਾ ਚੱਲ ਰਿਹਾ, ਭਾਰਤ ਨੇ ਸਾਊਥ ਅਫਰੀਕਾ ਨੂੰ ਜਿਹੜਾ ਸਾਊਥਹੈਂਪਟਨ ਦੇ ਵਿੱਚ ਹਰਾਇਆ ਹੈਗਾ, ਅਤੇ ਆਉਣ ਵਾਲੇ ਜਿਹੜੇ 8 ਹਫ਼ਤੇ ਆ ਕ੍ਰਿਕਟ ਦੇ ਜਿਹੜੇ ਆਪਣੇ ਪਸੰਦ ਕਰਨ ਵਾਲੇ ਆ ਉਹ ਕਾਫੀ ਬਿਜ਼ੀ ਰਹਿਣਗੇ, ਕਿਉਂ ਖਾਸ ਜਿਹੜਾ ਮੈਚ ਹੁੰਦਾ ਹੈਗਾ ਉਹ ਪਾਕਿਸਤਾਨ ਅਤੇ ਭਾਰਤ ਦਾ ਜਿਹੜਾ ਮੈਨਚੈਸਟਰ 'ਚ ਹੋਣਾ ਉਸ ਦੇ ਵੱਲ ਜਿਹੜੀਆਂ ਸਾਰੀਆਂ ਨਿਗਾਹਾਂ ਨੇ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਪਰ ਆਪਾਂ ਨਜ਼ਰ ਮਾਰੀ ਹੈ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਤਾਜ਼ੀਆਂ ਖਬਰਾਂ ਲੈ ਕੇ, ਅਤੇ ਅਗਰ ਆਪ ਕੋਲ ਵੀ ਕੋਈ ਖਬਰ ਹੋਵੇ ਜ਼ਰੂਰ ਦੱਸ ਦਿਆ ਕਰੋ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।